ਪੰਜਾਬ ਪੇਟੀ ਸ਼ਰਾਬ ਨਾਲ ਦੋ ਵਿਅਕਤੀ ਕਾਬੂ। ਥਾਣਾ ਸਦਰ ਦੀ ਪੁਲਿਸ ਨੇ ਚੰਡੀਗੜ੍ਹ ਮਾਰਕਾ ਸ਼ਰਾਬ ਦੀ ਤਸਕਰੀ ਦੇ ਦੋਸ਼ ਵਿੱਚ ਦੋ ਵਿਅਕਤੀਆਂ ਨੂੰ ਪੰਜਾਬ ਪੇਟੀ ਸ਼ਰਾਬ ਦੇ ਨਾਲ ਗ੍ਰਿਫਤਾਰ ਕੀਤਾ ਹੈ। ACP ਮਨਪ੍ਰੀਤ ਸਿੰਘ ਢਿੱਲੋਂ ਨੇ ਇਸ ਮੌਕੇ 'ਤੇ ਜਾਣਕਾਰੀ ਦਿੰਦਿਆਂ ਕਿਹਾ, ਮਾਨਯੋਗ ਕਮਿਸ਼ਨਰ ਸਾਹਿਬ ਦੀ ਗਾਈਡਲਾਈਨ 'ਤੇ SHO ਸਦਰ ਸੁਖਦੇਵ ਸਿੰਘ ਔਲਕ ਇਹਨਾਂ ਵੱਲੋਂ ਗੁਪਤ ਸੂਚਨਾ ਮਿਲੀ ਸੀ ਕਿ ਇੱਥੇ ਕਾਦੀਆਂ ਵਾਲੇ ਪਿੰਡ ਦੇ ਵਿੱਚ ਇੱਕ ਮੁੰਡਾ ਬੰਦਾ ਹੈਗਾ, ਸ਼ਰਾਬ ਵੇਚਦਾ ਆ ਔਰ ਕਾਫੀ ਟਾਈਮ ਤੋਂ ਉਹ ਸ਼ਰਾਬ ਦਾ ਕੰਮ ਕਰ ਰਿਹਾ ਹੈ ਅਤੇ ਉਹਦੇ 'ਤੇ ਮੈਕਸੀਮਮ 20 ਮੁਕੱਦਮੇ ਪਹਿਲਾਂ ਦਰਜ ਹੈਗੇ ਆ ਲੜੀਆਂ ਝਗੜਿਆਂ ਦੇ ਸ਼ਰਾਬ ਦੇ। ਅਤੇ ਉਹ ਉਹਦੇ ਕੋਲ ਇੱਕ ਨੋਵਾ ਗੱਡੀ ਦੇ ਨਾਲ ਦੋ ਬੰਦੇ ਰਲ ਕੇ ਸ਼ਰਾਬ ਲੈ ਕੇ ਆ ਰਹੇ ਆ ਅਤੇ ਇਹਨਾਂ ਨੇ ਫਿਰ ਨਾਕਾ ਲਾ ਕੇ ਜਦੋਂ ਉਹਨੂੰ ਫੜਿਆ ਉਹਦੇ ਵਿੱਚੋਂ 50 ਪੇਟੀਆਂ ਸ਼ਰਾਬ ਦੀਆਂ ਜਿਹੜੇ ਚੰਡੀਗੜ੍ਹ ਦਾ ਮਾਰਕਾ ਆ ਅਤੇ ਨਾਲ 3 ਬੰਦੇ ਅਸੀਂ ਅਰੈਸਟ ਕੀਤੇ ਆ। ਸਰ ਕਿਹੜੇ ਕਿਹੜੇ ਬੰਦੇ ਅਰੈਸਟ ਕੀਤੇ? ਇਹਦੇ ਵਿੱਚ ਬਲਬੀਰ ਕੁਮਾਰ ਰੀਲਸ ਰਾਜਾ, ਗੁਰਵਿੰਦਰ ਸਿੰਘ ਅਤੇ ਸ਼ੇਰ ਸਿੰਘ। ਸਰ ਜਿਹੜਾ ਕਾਰ ਚਾਲਕ ਆ ਉਹਦੇ ਵਿੱਚ ਕੀ ਭੂਮਿਕਾ? ਉਹ ਹਾਲੀ ਤਫਤੀਸ਼ ਦੇ ਵਿੱਚ ਦੇਖ ਪਤਾ ਕਰਦੇ ਵੀ ਉਹਦੇ ਖਿਲਾਫ਼ ਕੀ ਆ ਹੋਰ ਪਰਚੇ ਦਰਜ ਹੈਗੇ ਕਿ ਨਹੀਂ ਹੈਗੇ। ਸਰ ਇਹਦੇ 'ਤੇ ਹੋਰ ਵੀ ਪਰਚੇ ਦਰਜ? ਗੁਰਵਿੰਦਰ ਅਤੇ ਉਹਨਾਂ 'ਤੇ ਲੜਾਈਆਂ ਝਗੜੇ ਦੇ ਪਰਚੇ ਦਰਜ ਆ, ਬਾਕੀ ਥਾਣੇ ਤੋਂ ਵੈਰੀਫਾਈ ਕਰਦੇ। ਤਲਵੰਡੀਆਂ ਚੌਧਰੀ ਦੇ ਰਹਿਣ ਵਾਲੇ ਆ। ਕਾਲੇ ਦੇ ਟੋਟਲ ਕਿੰਨੇ? ਕਾਲੇ ਦੇ 20 ਪਰਚੇ ਦਰਜ ਆ ਜਿਹਦੇ ਸ਼ਰਾਬ ਦੇ ਅਤੇ ਲੜਾਈਆਂ ਝਗੜਿਆਂ ਦੇ।